ਵਟਸਐਪ ਇੱਕ ਬਹੁਤ ਹੀ ਵੱਡੇ ਫੀਚਰ ਤੇ ਕੰਮ ਕਰ ਰਿਹਾ ਹੈ, ਜਿਸ ਦੇ ਆਉਣ ਦੇ ਬਾਅਦ ਮੀਡੀਆ ਤੇ ਫਾਈਲ ਭੇਜਣ ਲਈ ਇੰਟਰਨੈਟ ਦੀ ਲੋੜ ਨਹੀਂ ਹੋਵੇਗੀ। ਨਵੇਂ ਫੀਚਰ ਨੂੰ ਲੈ ਕੇ ਰਿਪੋਰਟ ਸਾਹਮਣੇ ਆਈ ਹੈ। ਇਸ ਫੀਚਰ ਦੇ ਰਿਲੀਜ਼ ਹੋਣ ਦੇ ਬਾਅਦ ਫੋਟੋ, ਵੀਡੀਓ, ਮਿਊਜ਼ਿਕ, ਡਾਕੂਮੈਂਟ ਨੂੰ ਆਫਲਾਈਨ ਵੀ ਸ਼ੇਅਰ ਕੀਤਾ ਜਾ ਸਕੇਗਾ। ਵਟਸਐਪ ਦੇ ਫੀਚਰ ਨੂੰ ਟਰੈਕ ਕਰਨ ਵਾਲੇ ਵਾ ਬੇਟਾ ਇਨਫੋ ਨੇ ਵਟਸਐਪ ਦੇ ਇਸ ਨਵੇਂ ਫੀਚਰ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਬਿਨਾਂ ਇੰਟਰਨੈਟ ਸ਼ੇਅਰ ਕੀਤੀ ਜਾਣ ਵਾਲੀ ਫਾਈਲ ਵੀ ਇਨਕ੍ਰਿਪਟਡ ਅਤੇ ਸਿਕਿਓਰ ਹੋਵੇਗੀ। ਨਵੇਂ ਫੀਚਰ ਦਾ ਇੱਕ ਸਕਰੀਨਸ਼ੋਟ ਵੀ ਸਾਹਮਣੇ ਆਇਆ। ਵਟਸਐਪ ਦੇ ਇਸ ਅਪਕਮਿੰਗ ਫੀਚਰ ਦੀ ਫਿਲਹਾਲ ਬੀਟਾ ਟੈਸਟਿੰਗ ਹੋ ਰਹੀ ਹੈ। ਨਵਾਂ ਫੀਚਰ ਐਂਡਰੋਇਡ ਦੇ ਨੀਅਰ ਬਾਏ ਸਿਸਟਮ 'ਤੇ ਕੰਮ ਕਰਦਾ ਹੈ। ਨੀਅਰ ਬਾਏ ਦਾ ਨਾਂ ਹੁਣ ਕਵਿਕ ਸ਼ੇਅਰ ਹੋ ਗਿਆ ਹੈ ਅਤੇ ਇਹ ਬਲੂਟੁੱਥ ਜ਼ਰੀਏ ਇੱਕ ਕਨੈਕਸ਼ਨ ਬਣਾਉਂਦਾ ਹੈ, ਜਿਸ ਜ਼ਰੀਏ ਆਸ ਪਾਸ ਦੀਆਂ ਦੋ ਡਿਵਾਈਸਾਂ ਦੇ ਵਿੱਚ ਫਾਈਲ ਸ਼ੇਅਰ ਕੀਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਘਰ ਬੈਠੇ ਕਿਸੇ ਸ਼ਖਸ ਨੂੰ ਵਟਸਐਪ ਦੇ ਇਸ ਨਵੇਂ ਫੀਚਰ ਜ਼ਰੀਏ ਬਿਨਾਂ ਇੰਟਰਨੈਟ ਮੈਸੇਜ ਨਹੀਂ ਭੇਜ ਸਕੋਗੇ। ਅਪਕਮਿੰਗ ਫੀਚਰ ਦੇ ਇਸਤੇਮਾਲ ਲਈ ਤੁਹਾਨੂੰ ਵਟਸਐਪ ਨੂੰ ਆਪਣੀ ਫੋਟੋ ਗੈਲਰੀ ਦਾ ਐਕਸੈਸ ਵੀ ਦੇਣਾ ਹੋਵੇਗਾ। ਇਸ ਤੋਂ ਇਲਾਵਾ ਲੋਕੇਸ਼ਨ ਦੀ ਵੀ ਪਰਮਿਸ਼ਨ ਦੇਣੀ ਹੋਵੇਗੀ। ਵਟਸਐਪ ਵਿੱਚ ਆਉਣ ਵਾਲਾ ਇਹ ਫੀਚਰ ਕਾਫੀ ਹੱਦ ਤੱਕ ਐਪਸ ਦੇ ਐਂਡਰਾਇਡ ਸ਼ੇਅਰ ਇਟ ਤੇ ਗੂਗਲ ਦੇ ਕਵਿਕ ਸ਼ੇਅਰ ਦੀ ਤਰ੍ਹਾਂ ਕੰਮ ਕਰੇਗਾ। ਇਸ ਟੈਕਨੀਕ ਵਿੱਚ ਸੈਲੂਲਰ ਇੰਟਰਨੈਟ ਤੇ ਵਾਈਫਾਈ ਕਨੈਕਸ਼ਨ ਦੇ ਬਿਨਾਂ ਫਾਈਲ ਸ਼ੇਅਰ ਕੀਤੀ ਜਾਂਦੀ ਹੈ।